ਸੀ, ਇੱਕ ਗਾਣੇ ਦਾ ਪਾਰਟ ਸੀਗਾ ਲੀਗਲ ਐਕਸ਼ਨ ਦਾ, ਜਿਹਦੇ ਬੇਸਿਸ 'ਤੇ ਸਾਨੂੰ ਮਾਣਯੋਗ ਜੱਜ ਨੇ ਉਹ ਬੇਲ ਜੋ ਵੀ ਹੁੰਦਾ ਉਹ ਦਿੱਤਾ ਹੈ। ਪੁਰਾਣਾ ਵੀਡੀਓ ਜਿਹੜਾ ਕਿ ਉੱਦਾਂ ਹੀ ਵਾਇਰਲ ਕਰਤਾ, ਜਿਵੇਂ ਹੁਣ ਮੇਰਾ ਪਹਿਲਾਂ ਵੀ ਇੱਕ ਕੇਸ ਲੱਗਿਆ, ਕਿਤੇ ਨਾ ਕਿਤੇ ਪਤਾ ਨਹੀਂ ਹੁਣ ਇਹਦਾ ਕੀ ਰੀਜ਼ਨ ਹੈ ਕੀ ਨਹੀਂ। ਹਾਂਜੀ ਬਿਲਕੁਲ, ਕਿਉਂਕਿ ਫਿਰ ਹਥਿਆਰ ਹਥੁਰੇ ਐਤਕੀ ਦਿਖਾਉਣੇ ਨਹੀਂ ਸੀਗੇ, ਕਿਉਂਕਿ ਪਹਿਲਾਂ ਹੀ ਇੱਕ ਚੱਕਰ ਚੱਲੀ ਜਾਂਦੀ, ਉਹਦੇ ਕਰਕੇ ਫਿਰ ਅਸੀਂ ਉਹ ਪਾਰਟ ਕੱਢਤਾ ਸੀ। ਬੀਤੇ ਕੁਝ ਦਿਨਾਂ ਤੋਂ ਵਿਵਾਦਾਂ 'ਚ ਘਿਰਿਆ ਗਾਇਕ ਐਲੀ ਮਾਂਗਟ, ਜਿਸ ਦੀ ਆ ਹਫ਼ਤੇ ਕੁ ਪਹਿਲਾਂ ਵਾਇਰਲ ਹੋਈ ਵੀਡੀਓ ਤੁਸੀਂ ਵੀ ਦੇਖੀ ਹੋਣੀ, ਜਿਸ 'ਚ ਦੋਸਤਾਂ ਨਾਲ ਬੈਠਾ ਨਜ਼ਰ ਆਉਂਦਾ ਐਲੀ ਮਾਂਗਟ ਪਹਿਲਾਂ ਰਿਵਾਲਵਰ ਫਿਰ ਦੋਨਾਲੀ ਦੇ ਨਾਲ ਹਵਾਈ ਫਾਇਰ ਕਰਦਾ ਨਜ਼ਰ ਆਉਂਦਾ ਹੈ, ਅਤੇ ਇਸ 'ਤੇ ਐਲੀ ਮਾਂਗਟ 'ਤੇ ਪਰਚਾ ਵੀ ਦਰਜ ਹੋ ਗਿਆ ਸੀ ਅਤੇ ਮੁੜ ਕੇ ਅਦਾਲਤ ਨੇ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਸੀ। ਹੁਣ ਐਲੀ ਮਾਂਗਟ ਨੇ ਖੁਦ ਇਸ ਵੀਡੀਓ ਬਾਰੇ ਸਫਾਈ ਦਿੱਤੀ ਹੈ। ਵਕੀਲ ਦੇ ਨਾਲ ਮੀਡੀਆ ਸਾਹਮਣੇ ਆਏ ਮਾਂਗਟ ਦਾ ਕਹਿਣਾ ਸੀ ਕਿ ਉਸਨੇ ਫਾਇਰ ਕੀਤੇ ਨਹੀਂ, ਬਲਕਿ ਉਹ ਤਾਂ ਡੰਮੀ ਸੀ, ਸ਼ਾਰਟ ਸੀ ਜਿਹੜੇ ਕਿ ਗਾਣੇ 'ਚ ਸ਼ੂਟਿੰਗ ਨੂੰ ਲੈ ਕੇ ਰਿਕਾਰਡ ਕੀਤੇ ਗਏ ਸਨ, ਅਤੇ ਪਿੱਛੇ ਜੇ ਰੰਮੀ ਰੰਧਾਵਾ ਨਾਲ ਪਏ ਰੌਲੇ ਦੇ ਬਾਅਦ ਉਹਨਾਂ ਨੇ ਸੋਚਿਆ ਕਿ ਚਲੋ ਇਹ ਵੀਡੀਓ ਗਾਣੇ 'ਚ ਨਾ ਪਾਈਏ, ਹਥਿਆਰ ਪ੍ਰਮੋਟ ਨਾ ਕਰੀਏ, ਅਤੇ ਜਿਹੜੀ ਅਫਵਾਹ ਵੀ ਉੱਡੀ ਯਾਰ ਦੋਸਤ ਦੀ ਪਾਰਟੀ 'ਤੇ ਫਾਇਰ ਹੋਏ ਉਹ ਝੂਠ ਸੀ। ਲਓ ਤੁਸੀਂ ਵੀ ਸੁਣੋ ਇਸ 'ਤੇ ਐਲੀ ਮਾਂਗਟ ਦਾ ਬਿਆਨ। ਕੁਛ ਨਹੀਂ ਜੀ, ਇੱਕ ਜਿਹੜਾ ਵੀਡੀਓ ਕਲਿੱਪ ਵਾਇਰਲ ਹੋਇਆ ਉਹਦਾ ਬਿਆਨ ਲਿਖਾਉਣਾ ਸੀ, ਅਤੇ ਉਹ ਬਿਆਨ ਸਾਰੇ ਦੇ ਦਿੱਤੇ ਸੀ, ਬਾਕੀ ਹਲੇ ਥੋੜ੍ਹਾ ਜਿਹਾ ਰਹਿੰਦਾ, ਜਦੋਂ ਵੀ ਕੰਪਲੀਟ ਹੋ ਜਾਂਦਾ ਫਿਰ ਦੱਸ ਦਿਆਂ। ਬਿਲਕੁਲ ਸਾਡੀ ਸੀ, ਉਹ ਇੱਕ ਗਾਣੇ ਦਾ ਪਾਰਟ ਸੀਗਾ ਲੀਗਲ ਐਕਸ਼ਨ ਦਾ, ਜਿਹਦੇ ਬੇਸਿਸ 'ਤੇ ਸਾਨੂੰ ਮਾਣਯੋਗ ਜੱਜ ਨੇ ਉਹ ਬੇਲ ਜੋ ਵੀ ਹੁੰਦਾ ਉਹ ਦਿੱਤਾ ਹੈ, ਅਤੇ ਉਹੀ ਅਸੀਂ ਦੱਸਣ ਆਏ ਸੀਗੇ ਕਿ ਉਹ ਇੱਕ ਪੁਰਾਣਾ ਵੀਡੀਓ ਜਿਹੜਾ ਕਿ ਉੱਦਾਂ ਹੀ ਵਾਇਰਲ ਕਰਤਾ, ਜਿਵੇਂ ਹੁਣ ਮੇਰਾ ਪਹਿਲਾਂ ਵੀ ਇੱਕ ਕੇਸ ਲੱਗਿਆ, ਕਿਤੇ ਨਾ ਕਿਤੇ ਪਤਾ ਨਹੀਂ ਹੁਣ ਇਹਦਾ ਕੀ ਰੀਜ਼ਨ ਹੈ ਕੀ ਨਹੀਂ ਰੀਜ਼ਨ। ਹਾਂਜੀ ਬਿਲਕੁਲ, ਕਿਉਂਕਿ ਫਿਰ ਹਥਿਆਰ ਹਥੁਰੇ ਐਤਕੀ ਦਿਖਾਉਣੇ ਨਹੀਂ ਸੀਗੇ, ਕਿਉਂਕਿ ਪਹਿਲਾਂ ਹੀ ਇੱਕ ਚੱਕਰ ਚੱਲੀ ਜਾਂਦੀ, ਉਹਦੇ ਕਰਕੇ ਫਿਰ ਅਸੀਂ ਉਹ ਪਾਰਟ ਕੱਢਤਾ ਸੀ। ਹੁਣ ਉਹ ਵੀਡੀਓ ਕਿੱਥੋਂ ਆਈ, ਕਿੱਥੋਂ ਨਹੀਂ, ਕਿਹਨੇ ਲਈ, ਕਿਹਨੇ ਨਹੀਂ, ਉਹ ਵੀਡੀਓ ਲੀਕ ਕਰਤੀ, ਉਹਦੇ ਕਰਕੇ ਸਾਡੇ 'ਤੇ ਇੱਕ ਪਰਚਾ ਹੋ ਗਿਆ ਸੀ। ਅਸੀਂ ਜਿੱਥੇ ਬੈਠੇ ਸੀਗੇ ਨਾ, ਉਹ ਮੇਰੇ ਮਿੱਤਰ ਦਾ ਘਰ ਹੈ, ਉਹਨਾਂ ਕੋਲ ਲਾਇਸੈਂਸਡ ਵੈਪਨ ਹੈ, ਉਹਨਾਂ ਨੇ ਉਹੀ ਵੈਪਨ ਚੱਕ ਕੇ ਪਾਤਾ ਕਿ ਆਹੀ 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 ਆ, ਬਟ ਉਹ ਫਾਇਰ ਫੂਰ ਤਾਂ ਕਰਿਆ ਹੀ ਨਹੀਂ ਕੋਈ, ਉਹ ਤਾਂ ਇੱਕ ਡੰਮੀ ਸੀਗੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇੱਕ ਡੰਮੀ ਸੀਗੀ, ਉਹ ਡੰਮੀ ਦੇ ਵਿੱਚ ਹੋਇਆ ਸੀਗਾ, ਅਤੇ ਇਹਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਉਹ ਜਿਹੜਾ ਲਾਇਸੈਂਸ ਇਹਨਾਂ ਨੇ ਵੈਪਨ ਬਰਾਮਦ ਕਰਿਆ ਉਹਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਸੋ ਸੁਣਿਆ ਤੁਸੀਂ ਐਲੀ ਮਾਂਗਟ ਦੇ ਮੁਤਾਬਕ ਇਹ ਵੀਡੀਓ ਮਹਿਜ਼ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ, ਹੋਰ ਕੁਝ ਵੀ ਨਹੀਂ, ਅਤੇ ਕੋਈ ਫੇਅਰ ਨਹੀਂ ਹੋਏ, ਨਾ ਜਾਣੇ ਕਿਸ ਦੇ ਵੱਲੋਂ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਵਾਇਰਲ ਕਰ ਦਿੱਤੀ ਗਈ ਕਿ ਜਨਮਦਿਨ ਪਾਰਟੀ 'ਤੇ ਐਲੀ ਮਾਂਗਟ ਨੇ ਫਾਇਰ ਕਰਤੀ। ਖੈਰ, ਵੇਖਣ ਵਾਲੀ ਗੱਲ ਹੈ ਕਿ ਅੱਗੇ ਹੁਣ ਪੁਲਿਸ ਜਾਂਚ ਦੇ ਬਾਅਦ ਇਸ ਮਾਮਲੇ 'ਤੇ ਕੀ ਸਾਹਮਣੇ ਆਉਂਦਾ ਹੈ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ $3,000-$5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।